ਦੋਸਤੋ ਅੱਜ ਮੈਂ ਜਿਹੜੀ ਗੱਲ ਤੁਹਾਡੇ ਨਾਲ ਮੈਂ ਕਰਨ ਲੱਗਿਆ ਇਹ ਕੌੜੀ ਜ਼ਰੂਰ ਆ ਪਰ ਹੈ ਬਿਲਕੁਲ ਸੱਚਾ ਦੋਸਤੋ ਤੁਹਾਨੂੰ ਮੈਂ ਵਿਖਾਉਣਾ ਕਿ ਕਿਵੇਂ ਸਾਡੇ ਕੁਝ ਕੁ ਅਣਪੜ ਲੋਕਾਂ ਨੇ ਬਾਈ ਸਿੱਧੂ ਮੂਸੇਵਾਲ ਦੀ ਸਮਾਦ ਤੇ ਆ ਕੇ ਵੀ ਵਹਿਮ ਭਰਮ ਫਲਾਉਂਚ ਕੋਈ ਕਸਰ ਨਹੀਂ ਛੱਡੀ ਦੋਸਤੋ ਜਿਹੜੀਆਂ ਸਾਡੀਆਂ ਅਣਪੜ ਬੀਬੀਆਂ ਉਹ ਵੇਖੋ ਐ ਮੱਥਾ ਬਾਈ ਦੀ ਯਾਦਗਾਰ ਅੱਗੇ ਜੋੜੇ ਪਿੱਛੇ ਲਾ ਕੇ ਟੇਕਦੀਆਂ ਜਿਵੇਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਦੇ ਆ ਦੋਸਤੋ ਇਹ ਗੱਲ ਕੌੜੀ ਜ਼ਰੂਰ ਹੋ ਸਕਦਾ ਇਹਨਾਂ ਗੱਲਾਂ ਦੇ ਨਾਲ ਕੁਝ ਕ ਲੋਕ ਸਹਿਮਤ ਨਾ ਹੋਣ ਪਰ ਜਿਹੜੇ ਬਾਈ ਸਿੱਧੂ ਮੂਸੇਵਾਲ ਦੇ ਮਾਤਾ ਪਿਤਾ ਸੀ ਜਾਂ ਬਾਈ ਸਿੱਧੂ ਸੀਗਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਯਕੀਨ ਰੱਖਦੇ ਆ ਤੇ ਬਾਈ ਸਿੱਧੂ ਵੀ ਯਕੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰੱਖਦਾ ਸੀ ਉਹ ਇਹਨਾਂ ਵਿਹਿਮਾ ਪਰਮਾ ਦੇ ਵਿੱਚ ਯਕੀਨ ਨਹੀਂ ਸੀ ਰੱਖਦਾ ਪਰ ਸਾਡੇ ਜਿਹੜੇ ਅਣਪੜ ਲੋਕ ਆ ਉਹ ਇੱਥੇ ਆ ਕੇ ਵਹਿਮ ਭਰਮ ਫਲਾਈ ਜਾਂਦੇ ਆ ਪਿੱਛੇ ਜੋੜੇ ਲਾ ਕੇ ਤੇ ਮੱਥਾ ਟੇਕੀ ਜਾਂਦੇ ਆ ਇਹ ਨਹੀਂ ਗੱਲ ਕਿ ਮੈਂ ਬਾਈ ਸਿੱਧੂ ਮੂਸੇਵਾਲ ਨੂੰ ਪਿਆਰ ਨਹੀਂ ਕਰਦਾ ਮੈਂ ਵੀ ਬਾਈ ਸਿੱਧੂ ਨੂੰ ਪਿਆਰ ਕਰਦਾ ਪਰ ਜਿਹੜੀ ਗੱਲ ਗਲਤ ਆ ਉਹ ਗਲਤ ਆ ਬਾਈ ਸਿੱਧੂ ਮੂਸੇਵਾਲ ਦੀ ਬੋਤ ਦੇ ਚਾਰਚ ਫੇਰੇ ਸ਼ੀਸ਼ਾ ਲੱਗਿਆ ਆ ਤੇ ਉਹਦੇ ਅੰਦਰ ਕੋਈ ਨਹੀਂ ਜਾ ਸਕਦਾ ਪਰ ਲੋਕ ਆਪਣੀ ਮਰਜ਼ੀ ਦੇ ਨਾਲ ਹੀ ਇੱਥੇ ਆ ਕੇ ਬੋਰਡ ਲਾਈ ਜਾਂਦੇ ਆਪਣੀ ਮਰਜ਼ੀ ਦੇ ਨਾਲ ਹੀ ਆ ਕੇ ਪਿੱਛੇ ਜੋੜੇ ਲਾ ਕੇ ਮੱਥਾ ਟੇਕੀ ਜਾਂਦੇ ਇਹ ਗੱਲਾਂ 22 ਸਿੱਧੂ ਮੂਸੇਵਾਲ ਦੇ ਮਾਤਾ ਪਿਤਾ ਵੱਲੋਂ ਨਹੀਂ ਕਹੀਆਂ ਗਈਆਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਆ ਕੇ ਕਈ ਵਾਰੀ ਵਿਚਾਰਿਆਂ ਨੇ ਅਪੀਲਾਂ ਕੀਤੀਆਂ ਕਿ ਇੱਥੇ ਆ ਕੇ ਯਾਰ ਵਹਿਮ ਭਰਮ ਨਾ ਫਲਾਓ ਮੇਰੇ ਪੁੱਤ ਦੀ ਯਾਦਗਾਰ ਬਣੀ ਆ ਉਹਨੂੰ ਵੇਖੋ ਰੀਜਨਲ ਵੇਖੋ ਠੀਕ ਆ ਨਾ ਪਰ ਯਾਰ ਜਿਹੜੀਆਂ ਤੁਸੀਂ ਇਹੋ ਜਿਹੇ ਵਹਿਮ ਭਰਮ ਫਲਾਉਨੇ ਆ ਏ ਨਾ ਇੱਥੇ ਆ ਕੇ ਕਿਰਪਾ ਕਰਕੇ ਫਲਾਇਆ ਕਰੋ ਇਹ ਗੱਲ ਬਿਲਕੁਲ ਗੱਲ ਸਾਡੇ ਗੁਰੂਆਂ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਆਪਾਂ ਹੋਰ ਕਿਸੇ ਅੱਗੇ ਸੀਸ ਨਹੀਂ ਝੁਕਾਉਣਾ ਦੋਸਤੋ ਹੁਣ ਮੈਂ ਤੁਹਾਨੂੰ ਉਹ ਗੱਡੀ ਵਿਖਾਉਣਾ ਜਿਹੜੀ ਬਾਈ ਸਿੱਧੂ ਮੂਸੇਵਾਲੇ ਮੂਸੇਵਾਲੇ ਨੂੰ ਗਿਫਟ ਵਜੋਂ ਕਿਸੇ ਫੈਨ ਨੇ ਦਿੱਤੀ ਸੀ ਜਿਹੜੀ ਬੈਟਰੀ ਤੇ ਚੱਲਦੀ ਹੈ ਆ ਤੁਸੀਂ ਸਾਹਮਣੇ ਵੇਖ ਰਹੇ ਹੋ ਇਹਨੂੰ ਹੁਣ ਬਾਈ ਸਿੱਧੂ ਮੂਸੇਵਾਲਾ ਦਾ ਜਿਹੜਾ ਬਾਈ ਨੇ ਬੰਦਾ ਰੱਖਿਆ ਸੀ ਖੇਤ ਦੀ ਦੇਖਭਾਲ ਕਰਨ ਵਾਸਤੇ ਉਹ ਚਲਾ ਰਿਆ ਤੇ ਉਹ ਸਾਹਮਣੇ ਤੁਸੀਂ ਬਾਈ ਸਿੱਧੂ ਮੂਸੇਵਾਲਾ ਦੀ ਕੋਠੀ ਵੇਖ ਰਹੇ ਹੋ ਜਿਹੜੀ ਬਾਈ ਨੇ ਬੜੀ ਮਿਹਨਤ ਦੇ ਨਾਲ ਆਪਣੇ ਹੱਥੀ ਤਿਆਰ ਕਰਵਾਈ ਸੀ ਬੜੀ ਰੀਝਾਂ ਦੇ ਨਾਲ ਤੇ ਦੋਸਤੋ ਇੱਥੇ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਗੋਰੇ-ਗੋਰੀਆਂ ਵੀ ਇੱਥੇ ਆਉਂਦੇ ਆ ਤੇ ਮੈਂ ਵੀ ਇਸ ਗੱਲ ਦੇ ਨਾਲ ਸਹਿਮਤ ਆ ਕਿ ਯਾਰ ਸਾਨੂੰ ਇੱਥੇ ਆ ਕੇ ਵੇਖਣਾ ਚਾਹੀਦਾ ਕਿ ਕਿਵੇਂ ਇੱਕ ਆਮ ਘਰ ਦਾ ਮੁੰਡਾ ਥੱਲੋਂ ਉੱਠ ਕੇ ਤੇ ਕਿਵੇਂ ਬੰਦੇ ਨੇ ਤਰੱਕੀ ਕੀਤੀ ਆ ਕਿਵੇਂ ਉਹਨੇ ਆਪਦੀਆਂ ਰੀਝਾਂ ਦੇ ਨਾਲ ਜਿਹੜੀਆਂ ਚੀਜ਼ਾਂ ਬਣਾਈਆਂ ਉਹਨੂੰ ਲੋਕ ਬੜੀ ਦੂਰੋਂ ਦੂਰੋਂ ਵੇਖਣ ਆਉਂਦੇ ਆ ਪਰ ਯਾਰ ਜਿਹੜੇ ਤੁਸੀਂ ਇੱਥੇ ਆ ਕੇ ਵਹਿਮ ਭਰਮ ਫਲਾਉਂਦੇ ਆ ਆਪਣੀ ਮਰਜ਼ੀ ਦੇ ਨਾਲ ਉਹ ਨਾ ਯਾਰ ਇੱਥੇ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਇਹੋ ਜੇ ਵਹਿਮ ਭਰਮ ਨਾ ਫਲਾਇਆ ਕਰੋ ਤੇ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਆ ਜੇ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਤਾਂ ਜੋ ਇਹ ਜਿਹੜੀ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ 올 ਵਰਲਡ ਓਪਨ ਚੈਲੰਜ ਇੱਕ ਮਿੰਟਾਂ ਦੇ ਵਿੱਚ ਪਾਓ ਹੁਣ ਹਰ ਸਮੱਸਿਆ ਦਾ ਸਮਾਧਾਨ ਗੁਰੂ ਅਕਬਰ ਜੀ समस्या के नौकरी कारोबार ग्रह दुश्मन तो छुटकारा तरक्की प्रेम फिल्म विदेश यात्रा लॉटरी नंबर पति पत्नी दे अनबन मन चा वशीकरण करवाओ जमीन जायदाद तलाक कोर्ट केस मुठ करनी पता लुधियाना मिलो या फोन करो अठानवे सात सो छिया बत्ती अठ सो अठती